ਜੁੱਤੀ ਮਾਰਦੀ ਜਾਂ ਸਾਡੇ ਬਰੋਬਰ ਬੰਦਾ ਬੰਦਾ ਆਦਾ ਮਾਰ ਕੇ ਪਾਉਣ ਅਸੀਂ ਵੀ ਮੰਗ ਇਹਨਾਂ ਦੀ ਅਣਗਹਿਲੀ ਦੇ ਡਾਕਟਰ ਪ੍ਰਭਜੋਤ ਦੀ ਅਣਗਹਿਲੀ ਨਾਲ ਇਹ ਹਾਸਾ ਹੋਇਆ ਵਾ ਮੁੰਡੇ ਨੂੰ ਕਹਿਤਾ ਵੀ 1 ਮਿੰਟ ਤੂੰ ਥੱਲੇ ਜਾ ਆਉਂਦੀ ਨਾਲ ਵੱਢ ਕੇ ਰੱਖਤੀ ਬੇੜਾ ਗਰਕ ਕਰਕੇ ਰੱਖਦਾ आए दिनी सेहत विभाग के वड्डे सवाल उठते रहिंदे ने सेहत विभाग की लापरवाही दे नाल कई अनमोल जाना दुनिया तो अलविदा कर जांदियां ने अजिही खबर है मोगा दे मैड सिटी हस्पताल दी जिथे इलाज लई आए 45 साला नौजवान दी मौत हो गई जिस तो बाद परिवारक मैंबरां ने हस्पताल अगे धरना प्रदर्शन करना शुरू कर दिता परिवारक मैंबरां दा कहना है कि साडा मरीज बिल्कुल ठीक ठाक सी ओ खुद एक्टिवा चला के किडनी दी दवाई लैण गया पर डॉक्टरां दी लापरवाही दे नाल उसदी मौत हो गई हालांकि मोगा मैड सिटी दे डॉक्टरां दा कहना है कि साडे कोल मरीज आया जिसका कुछ दिन पहला डायलिसिस होया ते आज भी ओ डायलिसिस दी दवाई लैण ही आया सी पर उसदी लत बहुत सुजी होई सी जद असी उसदी लत साफ कीती ता अचानक उसदा बीपी हेठां चला गया जिस करके तुरंत उसदा इलाज शुरू कीता गया पर बहुत कोशिशां करन दे बावजूद भी उस नूं बचा नहीं सके आप एक्टिवा चला के ले आया फिर गड्डी दा काम ठीक करके आया फिर नाई कोल जाके आया फिर विंदर नूं आदे भतीजे नूं आदा तैनूं चाह पियावां कि जूस पियावां ਉਹਦਾ ਚਾਚਾ ਪਹਿਲਾਂ ਆਪਾਂ ਦਵਾਈ ਲੈ ਲਈਏ ਫਿਰ ਜੂਸ ਪੀਵਾਂਗੇ ਸਾਰੀਆਂ ਗੱਲਾਂ ਕਰਦੇ ਪੌੜੀਆਂ ਚੜ੍ਹ ਕੇ ਗਿਆ ਮੁੰਡੇ ਨੂੰ ਕਹਿਤਾ ਵੀ 1 ਮਿੰਟ ਤੂੰ ਥੱਲੇ ਜਾ ਆਉਂਦੀ ਨਾਲ ਵੱਢ ਕੇ ਰੱਖਤੀ ਬੇੜਾ ਗਰਕ ਕਰਕੇ ਰੱਖਦਾ ਤੇ ਤੁਸੀਂ ਪ੍ਰਸ਼ਾਸਨ ਤੋਂ ਕੀ ਮੰਗ ਚਾਹੁੰਦੇ ਹੋ ਜੀ ਅਸੀਂ ਮੰਗਦੇ ਹਾਂ ਸਾਡੇ ਬਰੋਬਰ ਬੰਦਾ ਆਦਾ ਮਾਰ ਕੇ ਪਾਉਣ ਅਸੀਂ ਵੀ ਮੰਗ ਆਪਦਾ ਪੁੱਤਰ ਪਾਉਣ ਜਾਂ ਆਪ ਪੈਣ ਜਿੰਨੇ ਹੈਗੇ ਸਾਰੇ ਵਿਛਾਉਣ ਉੱਥੇ ਹਾਂ ਅਸੀਂ ਤਾਂ ਇਹ ਮੰਗ ਕਰਦੇ ਹਾਂ ਤੁਹਾਡਾ ਕੌਣ ਸੀ ਜੀ ਮੇਰਾ ਦਿਓ ਸੀ ਮੇਰਾ ਪੁੱਤਰ ਸੀ ਕਿੰਨੇ ਵਜੇ ਆਏ ਜਦੋਂ ਮੈਂ ਆਪਦੇ ਹੱਥੀ ਪਾਲਿਆ ਤੁਸੀਂ ਕਿੰਨੇ ਵਜੇ ਆਏ ਹਸਪੀਟਲ ਸਵੇਰੇ ਜੀ ਅਸੀਂ ਸਵੇਰੇ 11:30 ਵਜੇ ਆਏ 11 ਵਜੇ ਆਏ ਤੇ ਕਿੰਨੇ ਵਜੇ ਇਹ ਘਟਨਾ ਦਾ ਪਤਾ ਲੱਗਾ ਤੁਹਾਨੂੰ 10 ਮਿੰਟ ਬਾਅਦ ਸਾਨੂੰ ਪਤਾ ਲੱਗਾ ਮੁੰਡਾ ਸਾਨੂੰ ਫੋਨ ਕਰਦਾ ਪਿਆ ਵੀ ਤੁਸੀਂ ਆਓ ਡਾਕਟਰ ਆ ਕੁਝ ਕਹਿ ਰਹੇ ਨੇ ਉਹ ਅਸੀਂ ਤਾਂ ਜੇ ਸਲਾਹ ਪੋਚਾ ਹੱਥ 'ਚ ਸੁੱਟਿਆ ਪਰ ਦਿਓਰ ਦੇ ਚਾਚੇ ਭੂਆ ਦੇ ਮੁੰਡੇ ਨੂੰ ਆਵਾਜ਼ ਦਿੱਤੀ ਉਹਨੇ ਚਿਰ ਮੁੰਡੇ ਦਾ ਫੇਰ ਫੋਨ ਆ ਗਿਆ ਜੀ ਚਾਚੇ ਦੀ ਹਾਲਤ ਬਹੁਤ ਖਰਾਬ ਤੁਸੀਂ ਇੱਥੇ ਪਹਿਲੀ ਵਾਰੀ ਆਏ ਸੀ ਜਾਂ ਪਹਿਲਾਂ ਤਾਂ ਦਵਾਈ ਇੱਥੇ ਚੱਲਦੀ ਸੀ ਪਹਿਲੀ ਵਾਰੀ ਆ ਪਹਿਲਾਂ ਦਵਾਈ ਸਾਡੀ ਲੁਧਿਆਣਿਓਂ ਚੱਲਦੀ ਇੱਥੇ ਅਸੀਂ ਪਹਿਲੀ ਵਾਰੀ ਆਏ ਫਸ ਗਏ ਆ ਨਾ ਕੀ ਨਾਮ ਹੈ ਜੀ ਤੁਹਾਡਾ ਮੇਰਾ ਨਾਮ ਹੈ ਬਲਜੀਤ ਸਿੰਘ ਮੈਂ ਵਿਸ਼ਕਰਮਾ ਆਟੋ ਯੂਨੀਅਨ ਦਾ ਜਨਰਲ ਸਕੱਤਰ ਹਾਂ ਜੀ ਬਲਜੀਤ ਜੀ ਅੱਜ ਤੁਸੀਂ ਧਰਨਾ ਲਗਾਇਆ ਮੋਗਾ ਮੈਡੀ ਸਿਟੀ ਦੇ ਤੇ ਕੀ ਕਾਰਨ ਕੀ ਹੈ ਧਰਨਾ ਲਾਉਣਾ ਕੋਈ ਖੁਸ਼ੀ ਦੀ ਗੱਲ ਨਹੀਂ ਕੋਈ ਧਰਨਾ ਨਹੀਂ ਲਾਉਂਦਾ ਗਿਆ ਇਹ ਬਹੁਤ ਹੀ ਦੁਖਦਾਈ ਘਟਨਾ ਵਾ ਜੋ ਸਾਡਾ ਅੱਜ ਵੀਰ ਵਿਸ਼ਕਰਮਾ ਆਟੋ ਯੂਨੀਅਨ ਦਾ ਪੁਰਾਣਾ ਸੀਨੀਅਰ ਮੈਂਬਰਾਂ ਦੇ ਵਿੱਚ ਉਹਦਾ ਨਾਮ ਬੋਲਦਾ ਸੀ ਤੇ ਚੰਗਾ ਸੁਭਾਅ ਦਾ ਸੀਗਾ ਜਿਹੜਾ ਕਿਉਂਕਿ ਉਹ ਮੈਡੀ ਸਿਟੀ ਦੇ ਵਿੱਚ ਅੱਜ ਆਪ ਸਕੂਟਰੀ ਤੇ ਚੱਲ ਕੇ ਆਇਆ ਦਵਾਈ ਲੈਣ ਵਾਸਤੇ ਤੇ ਇਹਨਾਂ ਦੀ ਅਣਗਹਿਲੀ ਦੇ ਡਾਕਟਰ ਪ੍ਰਭਜੋਤ ਦੀ ਅਣਗਹਿਲੀ ਨਾਲ ਇਹ ਹਾਸਾ ਹੋਇਆ ਵਾ ਜਿਹੜਾ ਸਾਡਾ ਅੱਜ ਵੀਰ ਆ ਸਾਡੇ ਤੋਂ ਵਿਛੜ ਗਿਆ ਅਣਗਹਿਲੀ ਜਦੋਂ ਬੇਟਾ ਆਇਆ ਉਹਦਾ ਦਵਾਈ ਦਵਾਉਣ ਵਾਸਤੇ ਉਹਨਾਂ ਨੇ ਉਹਨੂੰ ਦਿਖਾਇਆ ਆ ਕੇ ਚੈੱਕਅਪ ਕੀਤਾ ਚੈੱਕਅਪ ਕਰਨ ਤੋਂ ਬਾਅਦ ਉਹਨੇ ਕਹਿਤਾ ਵੀ ਮੈਂ ਆਪਦੇ ਘਰਦਿਆਂ ਨੂੰ ਬੁਲਾਉਣਾ ਫੇਰ ਟ੍ਰੀਟਮੈਂਟ ਸਟਾਰਟ ਕਰੋ ਇਹਨਾਂ ਨੇ ਨਾਲ ਗਲ ਤੇ ਟੱਕ ਲਾਇਆ ਤੇ ਉਸ ਜਾਂਦਾ ਟੀਕਾ ਲਾਇਆ ਜਾਂ ਕੋਈ ਦਵਾਈ ਜਾਂ ਖਵਾਈ ਉਹ ਇਹਨਾਂ ਦੀ ਅਣਗਹਿਲੀ ਨਾਲ ਇਹ ਹਾਸਾ ਹੋਇਆ ਜੀ